ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ20 ਸਿਖਰ ਸੰਮੇਲਨ ਨੂੰ ਮੁਨੋਕ ਕੇਂਦਰਤਾ ਤੇ ਸੰਮਲਿਤ ਵਿਕਾਸ ਲਈ ਨਵੇਂ ਰਾਹ ਬਣਾਉਣ ਵਾਲਾ ਦੱਸਿਆ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਗਲੇ 2 ਦਿਨਾਂ ਲਈ ਆਲਮੀ ਨੇਤਾਵਾਂ ਨਾਲ ਸਾਰਥਕ ਚਰਚਾ ਲਈ ਉਤਸੁਕ ਨੇ ਸੰਮੇਲਨ ਲਈ ਨਵੀਂ ਦਿੱਲੀ ਪੁੱਜਣ ਵਾਲੇ ਨੇਤਾਵਾਂ ਦਾ ਸਵਾਗਤ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ 18ਵੇਂ ਜੀ20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਕੇ ਪ੍ਰਸੰਤਾ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਰਤ ਟਿਕਾਊ ਵਿਕਾਸ ਟੀਚਿਆਂ ਟਿਕਾਊ ਭਵਿੱਖ ਲਈ ਹਰੇ ਵਿਕਾਸ ਸਮਝੌਤਿਆਂ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦਾ ਚਾਹਵਾਨ ਹੈ ਅਤੇ 21ਵੀਂ ਸਦੀ ਲਈ ਬਹੁਪੱਖੀ ਸੰਸਥਾਨਾਂ ਨੂੰ ਮਜ਼ਬੂਤ ਕਰਨ ਦਾ ਇੱਛੁਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤਕਨੀਕੀ ਬਦਲਾਅ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਰਗੇ ਭਵਿੱਖ ਦੇ ਖੇਤਰਾਂ ਨੂੰ ਬਹੁਤ ਉੱਤਰਜੀ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਪ੍ਰੋਸਤ ਕੀਤਾ ਕਿ ਭਾਰਤ ਮਹਿਲਾ ਸ਼ਕਤੀਕਰਨ, ਸਮਾਨਤਾ ਅਤੇ ਆਲਮੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਕੰਮ ਕਰਦਾ ਰਹੇਗਾ।